ਮੇਰਾ ਨਾਂ ਡਾਕਟਰ ਹਰਪਾਲ ਸਿੰਘ ਰੰਧਾਵਾ। ਮੇਰਾ ਮੁੱਖ ਵਿਸ਼ਾ ਫਸਲਾਂ ਦੇ ਕੀੜੇ ਮਕੌੜੇ ਅਤੇ ਉਹਨਾਂ ਦੀ ਰੋਕਥਾਮ। ਅੱਜ ਅਸੀਂ ਇਕੱਠੇ ਹੋਏ ਹਾਂ ਕਿਸਾਨ ਮੇਲੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਤੇ ਰੀਜਨਲ ਸਟੇਸ਼ਨ ਤੇ। ਮੇਲੇ ਵਾਸਤੇ ਅਸੀਂ ਪ੍ਰਬੰਧ ਕੀਤਾ ਜਿਹੜਾ ਔਨਲਾਈਨ ਮੇਲਾ ਲੱਗਣਾ, ਉਹਦੇ ਵਿੱਚ ਜਿਹੜਾ ਮੇਰਾ ਵਿਸ਼ਾ ਹੈਗਾ ਫਸਲਾਂ ਦੇ ਕੀੜਿਆਂ ਬਾਰੇ। ਜਦੋਂ ਅਸੀਂ ਗੱਲ ਸੁਣਦੇ ਹਾਂ ਕੀੜੇ ਦੀ, ਸਾਡੇ ਮਨ 'ਚ ਇੱਕਦਮ ਚਕੰਨਾ ਹੋ ਜਾਂਦਾ ਵੀ ਕੀੜਾ ਪਤਾ ਨਹੀਂ ਕੀ ਚੀਜ਼ ਆ। ਕੀੜੇ ਦੋ ਤਰ੍ਹਾਂ ਦੇ ਹੁੰਦੇ ਆ, ਮਿੱਤਰ ਕੀੜੇ ਅਤੇ ਹਾਨੀਕਾਰ ਕੀੜੇ। ਜਿਹੜੇ ਮਿੱਤਰ ਕੀੜੇ ਆ, ਜਿੱਦਾਂ ਸ਼ਹਿਦ ਦੀ ਮੱਖੀ, ਉਹ ਸਾਡੇ ਮਿੱਤਰ ਕੀੜੇ 'ਚ ਹੁੰਦੀ ਆ। ਇਸ ਤਰ੍ਹਾਂ ਕੁਝ ਹੈਗੇ ਨੇ ਕੀੜੇ ਜਿਹੜੇ ਸ਼ਿਕਾਰ ਕਰਦੇ ਆ ਹਾਨੀਕਾਰ ਕੀੜਿਆਂ ਦਾ। ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹ ਹੈਗਾ, ਇਹਨੂੰ ਅਸੀਂ ਕਹਿੰਦੇ ਹਾਂ ਸ਼ਿਕਾਰ ਕਰਨ ਵਾਲੀ ਭੂੰਡੀ। ਇਹਦਾ ਨਾਂ ਹੈਗਾ ਲੇਡੀ ਬਰਡ ਬੀਟਲ। ਇਹ ਕਣਕ ਅਤੇ ਸਰ੍ਹੋਂ ਦੇ ਤੇਲ ਨੂੰ ਖਾਂਦੀ ਆ। ਜੇ ਤੁਸੀਂ ਦੇਖੋ ਹੁਣ ਕਣਕ ਦੇ ਵਿੱਚ ਜਾ ਕੇ ਬਾਹਰ, ਇਹਦੀ ਬਹੁਤ ਜ਼ਿਆਦਾ ਗਿਣਤੀ ਕਣਕ ਅਤੇ ਸਰ੍ਹੋਂ ਦੇ ਵਿੱਚ ਆ ਚੁੱਕੀ ਆ। ਇਹ ਜਿੱਥੇ ਵੀ ਤੇਲ ਹੈਗਾ ਤੇਲ ਨੂੰ ਖਾਂਦੀ। ਇਹ ਕੀੜਾ ਹੈਗਾ ਮਾਸਾਹਾਰੀ, ਇਹਨੇ ਸਿਰਫ ਕੀੜੇ ਹੀ ਖਾਣੇ ਆ, ਸਾਡੇ ਕੋਈ ਫਸਲ ਦਾ ਪੱਤਾ ਜਾਂ ਕੋਈ ਫੁੱਲ ਨਹੀਂ ਖਾਣਾ। ਇਸ ਕਰਕੇ ਸਭ ਤੋਂ ਪਹਿਲਾਂ ਹੈਗਾ ਨਿਯਮ ਪ੍ਰਿੰਸੀਪਲ, ਉਹ ਕੀੜਿਆਂ ਦੀ ਸਹੀ ਪਛਾਣ ਕਰਨੀ ਬੜੀ ਜ਼ਰੂਰੀ ਆ। ਅਸੀਂ ਜਦੋਂ ਦੁਕਾਨ 'ਤੇ ਜਾ ਕੇ ਕਹਿੰਦੇ ਹਾਂ ਮੇਰੀ ਮਤਲਬ ਕਣਕ 'ਚ ਭੂੰਡੀ ਆ ਗਈ, ਅਤੇ ਸਾਨੂੰ ਦੁਕਾਨਦਾਰ ਦਵਾਈ ਦੇ ਕੇ ਦਿੰਦਾ, ਅਤੇ ਅਸੀਂ ਜਿਹੜੀ ਹੈਗੀ ਆ ਇਹਨੂੰ ਮਿੱਤਰ ਕੀੜੇ ਨੂੰ ਮਾਰ ਦਿੰਦੇ ਹੈਗੇ। ਇੱਕ ਤਾਂ ਸਾਡਾ ਖਰਚਾ ਵੱਧਦਾ, ਦੂਜਾ ਸਾਡਾ ਜਿਹੜਾ ਹੈਗਾ ਵਾਤਾਵਰਨ, ਹਵਾ ਅਤੇ ਪਾਣੀ ਗੰਦਲੇ ਹੋ ਕੇ ਪ੍ਰਦੂਸ਼ਣ ਹੋ ਕੇ ਜਾਂਦੇ ਨੇ, ਅਤੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਣਕ ਦੇ ਕੀੜੇ। ਕਣਕ ਦੇ ਲਗਭਗ ਆਪਾਂ 35 ਲੱਖ ਹੈਕਟੇਅਰ 'ਚ ਬਿਜਾਈ ਕੀਤੀ ਜਾਂਦੀ ਆ, ਅਤੇ ਪਰ ਔਸਤਨ ਝਾੜ ਜਿੰਨਾ ਆਉਣਾ ਚਾਹੀਦਾ ਉਨਾ ਨਹੀਂ ਆਉਂਦਾ। ਔਸਤਨ ਝਾੜ ਘੱਟ ਹੋਣ ਦੇ ਜਿਹੜਾ ਮੁੱਖ ਕਾਰਨ ਕੀੜੇ ਅਤੇ ਬਿਮਾਰੀਆਂ। ਆਪਾਂ ਗੱਲ ਕਰਾਂਗੇ ਕਣਕ ਦਾ ਮੁੱਖ ਕੀੜਾ ਜਿਹੜਾ ਹੈਗਾ ਇਸ ਇਲਾਕੇ ਦੇ ਵਿੱਚ, ਉਹ ਹੈਗਾ ਤੇਲਾ ਜਾਂ ਚੇਪਾ। ਇਸ ਵੇਲੇ ਮਤਲਬ ਕਾਫੀ ਇਹ ਕੀੜਾ ਆ ਚੁੱਕਾ, ਪਰ ਆਪਾਂ ਜੇ ਕੀੜੇ ਦੀ ਇੱਕਦਮ ਸਪਰੇਅ ਨਹੀਂ ਕਰਨੀ, ਪਹਿਲਾਂ ਆਪਾਂ ਆਪਣੀ ਜਿਹੜੀ ਹੈਗੀ ਆ ਕਿਤਾਬ ਉਹ 'ਚ ਲਿਖਿਆ ਵੀ ਜੇ ਛਿੱਟੇ ਵਿੱਚ 5 ਤੇਲੇ ਹੋਣ, ਛਿੱਟੇ ਵਿੱਚ ਦੇਖਣੇ ਆ ਪੱਤੇ ਨਹੀਂ ਦੇਖਣੇ, ਜੇ ਛਿੱਟੇ ਵਿੱਚ 5 ਤੇਲੇ ਹੈਗੇ ਆ ਤਾਂ ਆਪਾਂ ਕੋਈ ਦਵਾਈ ਸਪਰੇਅ ਕਰਨੀ ਆ। ਜੇ ਉਸ ਤੋਂ ਘੱਟ ਆਪਾਂ ਨੂੰ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਹੈਗੀ। ਠੀਕ ਆ ਜੀ, ਫਿਰ ਆਪਾਂ ਇਹਦੇ ਵਾਸਤੇ ਜਿਹੜੀ ਦਵਾਈ ਇਕਟਾਰਾ ਹੈਗੀ ਆ, ਆਪਾਂ 20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਆ, ਤਾਂ ਆਪਾਂ ਨਾਲ ਹੀ ਸਪਰੇਅ ਟੈਕਨੋਲੋਜੀ ਬੜੀ ਜ਼ਰੂਰਤ ਲੋੜ ਹੈਗੀ ਆ ਵੀ ਆਪਾਂ ਨੋਜ਼ਲ ਇੱਕੋ ਵਰਤੀ ਜਾਂਦੇ ਹਾਂ, ਆਪਾਂ ਇਹਦੇ ਵਾਸਤੇ ਗੋਲ ਨੋਜ਼ਲ ਦੀ ਵਰਤੋਂ ਕਰਨੀ ਆ, ਅਤੇ ਫਿਰ ਆਪਾਂ ਬਹੁਤ ਚੰਗੇ ਨਤੀਜੇ ਲੈ ਸਕਦੇ ਹਾਂ। ਇਸ ਤਰ੍ਹਾਂ ਮੈਂ ਗੱਲ ਕੀਤੀ ਪਹਿਲਾਂ ਕਣਕ ਦੇ ਤੇਲੇ ਦੀ। ਇਸ ਤਰ੍ਹਾਂ ਸਰ੍ਹੋਂ ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਤੇਲਾ ਜਾਂ ਚੇਪਾ ਕੀੜਾ ਬਹੁਤ ਜ਼ਿਆਦਾ ਆਉਂਦਾ। ਹੁਣ ਇਸ ਵੇਲੇ ਇਹ ਕੀੜਾ ਸਰ੍ਹੋਂ ਦੇ ਵਿੱਚ ਆ ਚੁੱਕਾ, ਪਰ ਆਪਾਂ ਅੱਖਾਂ ਮੀਟ ਕੇ ਕੋਈ ਵੀ ਦਵਾਈ ਦੀ ਸਪਰੇਅ ਨਹੀਂ ਕਰਨੀ। ਪਹਿਲਾਂ ਆਪਾਂ ਦੇਖ ਲੈਣਾ ਜੇ ਆਪਣੇ ਕਣਕ ਦੇ ਉੱਪਰ ਸਰ੍ਹੋਂ ਦੇ ਉੱਪਰ ਤੇਲਾ ਹੈਗਾ ਲਗਭਗ 50 ਚੇਪੇ ਉੱਪਰ ਸਾਡੀ ਜਿਹੜੀ ਹੈਗੀ ਵਿਚਕਾਰਲੀ ਸਾਖ ਦੇ ਵਿੱਚ ਹੋਣ, ਫਿਰ ਆਪਾਂ ਸਪਰੇਅ ਕਰਨੀ ਆ। ਅਦਰਵਾਈਜ਼ ਆਪਾਂ ਨੂੰ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਹੈਗੀ। ਪਰ ਇਹਦੇ ਵਿੱਚ ਜਦੋਂ ਸਰ੍ਹੋਂ 'ਤੇ ਆਪਾਂ ਸਪਰੇਅ ਕਰਨੇ ਆ, ਆਪਾਂ ਦੁਪਹਿਰ ਦੇ ਸਮੇਂ ਕੋਈ ਸਪਰੇਅ ਨਹੀਂ ਕਰਨੀ, ਕਿਉਂਕਿ ਜਿਹੜੇ ਸ਼ਹਿਦ ਦੀਆਂ ਮੱਖੀਆਂ ਉਹਨਾਂ ਦੇ ਆਉਣ ਦਾ ਟਾਈਮ ਹੈਗਾ 9 ਤੋਂ 4। ਜੇ ਆਪਾਂ ਚੇਪੇ ਵਾਸਤੇ ਸਪਰੇਅ ਕਰਨੀ ਆ ਜਾਂ 9 ਤੋਂ ਪਹਿਲਾਂ ਕਰਨੀ ਆ ਜਾਂ 4 ਵਜੇ ਤੋਂ ਬਾਅਦ ਕਰਨੀ ਆ। ਪਰ ਨਾਲ ਆਪਾਂ ਵੇਖ ਲੈਣਾ ਜੇ ਆਹ ਜਿਹੜੀ ਹੈਗੀ ਆ ਮਿੱਤਰ ਕੀੜਾ, ਇਹਦੀ ਗਿਣਤੀ ਕਾਫੀ ਹੈਗੀ ਸਰ੍ਹੋਂ ਦੇ ਵਿੱਚ, ਤਾਂ ਫਿਰ ਆਪਾਂ ਨੂੰ ਸਪਰੇਅ ਕਰਨ ਦੀ ਕੋਈ ਲੋੜ ਹੈਗੀ। ਇਹਦੇ ਵਾਸਤੇ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਦਵਾਈ ਸਿਫਾਰਸ਼ ਕੀਤੀ ਗਈ ਆ, ਇੱਕ ਟਾਰਾ ਦਵਾਈ ਜਿਹੜਾ ਹੈਗਾ ਟੈਕਨੀਕਲ ਥਾਇਮੋਥੋਕਸਮ, ਆਪਾਂ 40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਆ। ਪਰ ਨਾਲ ਆਪਾਂ ਜਿਹੜਾ ਲਿਖਿਆ ਕਿਤਾਬ ਦੇ ਵਿੱਚ ਪਾਣੀ 80 ਤੋਂ 100 ਲੀਟਰ ਪ੍ਰਤੀ ਏਕੜ ਲਾਉਣਾ, ਅਤੇ ਨੋਜ਼ਲ ਆਪਾਂ ਜਿਹੜੀ ਹੈਗੀ ਆਮ ਜਿਹੜੇ ਕਿਸਾਨ ਵੀਰ ਗਲਤੀ ਇਹ ਕਰਦੇ ਨੇ, ਇੱਕੋ ਹੀ ਨੋਜ਼ਲ ਵਰਤੀ ਜਾਂਦੇ ਨੇ ਨਦੀਨਾਂ ਵਾਸਤੇ, ਬਿਮਾਰੀਆਂ ਵਾਸਤੇ, ਕੀੜੇ ਸਪਰੇਅ ਵਾਸਤੇ। ਪਰ ਆਪਾਂ ਕੀੜਿਆਂ ਜਾਂ ਬਿਮਾਰੀਆਂ ਦੀ ਸਪਰੇਅ ਵਾਸਤੇ ਹਮੇਸ਼ਾ ਜਿਹੜੀ ਗੋਲ ਨੋਜ਼ਲ ਵਰਤੋਂ ਕਰਨੀ ਆ। ਜੇ ਆਪਾਂ ਕੋਈ ਨਦੀਨਾਂ ਵਾਸਤੇ ਵਰਤਣੀ ਤਾਂ ਫਿਰ ਆਪਾਂ ਕਾਟ ਵਾਲੀ ਨੋਜ਼ਲ ਆਪਾਂ ਵਰਤਦੇ ਹਾਂ। ਅਤੇ ਨਾਲ ਦੂਜੀ ਬੇਨਤੀ ਇਹ ਆ ਵੀ ਜਦੋਂ ਆਪਾਂ ਸਪਰੇਅ ਕਰਨੀ ਆ ਕਿਸੇ ਵੀ ਫਸਲ ਦੇ ਕੀੜਿਆਂ ਵਾਸਤੇ, ਜਿਹੜਾ ਆਪਣਾ ਪੰਪ ਵਰਤਣਾ ਉਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਈਏ, ਕਿਉਂਕਿ ਕਦੇ ਵੀ ਆਪਾਂ 240 ਜਾਂ ਹੋਰ ਦਾ ਹੀ ਵਰਤੀ ਹੁੰਦੀ ਆ। ਜੇ ਆਪਾਂ ਉਹ ਪੰਪ ਲਿਆ ਕੇ ਇੱਥੇ ਵਰਤਾਂਗੇ ਸਰ੍ਹੋਂ ਦੇ ਉੱਪਰ, ਅਤੇ ਉਹਦੇ ਨਾਲ ਜਿਹੜੇ ਸਰ੍ਹੋਂ ਦੀ ਫਸਲ ਖਰਾਬ ਹੋ ਸਕਦੀ ਆ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਪਰੇਅ ਟੈਕਨੋਲੋਜੀ ਅਤੇ ਕੀੜੇ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਆ। ਜੇ ਇਹਨਾਂ ਗੱਲਾਂ ਦਾ ਖਿਆਲ ਰੱਖਾਂਗੇ ਤਾਂ ਆਪਾਂ ਬਹੁਤ ਘੱਟ ਲਾਗਤ ਨਾਲ ਚੰਗੇ ਨਤੀਜੇ ਲੈ ਸਕਦੇ, ਆਪਣੀ ਜਿਹੜੀ ਹੈਗੀ ਆ ਖੇਤੀ ਅਮਨ ਦਾ ਵਾਧਾ ਕਰ ਸਕਦੇ ਹਾਂ।